ਪਾਈ ਕਾਨ ਸਿੰਘ ਨਾਬਾ ਜੀ ਨੇ ਗੁਰਦੁਆਰਾ ਰਕਾਬगंज ਸਾਹਿਬ ਬਾਰੇ ਮਹਾਨ ਕੋਸ਼ ਦੇ ਵਿੱਚ ਲਿਖਿਆ ਹੈ ਕਿ ਲੱਖੀਸ਼ਾ ਆਦਿਕ ਲੁਬਾਣੇ ਸਿੱਖਾਂ ਨੇ ਜਿਸ ਥਾਂ ਦੇ ਉੱਪਰ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਤਲ ਦਾ ਸੰਸਕਾਰ ਕੀਤਾ ਸੀ ਸਨ 1707 ਦੇ ਵਿੱਚ ਜਦੋਂ 10ਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਿੱਲੀ ਪਧਾਰੇ ਤਾਂ ਉਹਨਾਂ ਨੇ ਉਸ ਥਾਂ ਗੁਰਦੁਆਰਾ ਮੰਜੀ ਸਾਹਿਬ ਬਣਵਾਇਆ ਫਿਰ ਜਥੇਦਾਰ ਬਾਬਾ ਬਘੇਲ ਸਿੰਘ ਜੀ ਨੇ ਸਨ 1790 ਦੇ ਵਿੱਚ ਉੱਥੇ ਗੁੰਬਦਦਾਰ ਗੁਰਦੁਆਰਾ ਸਾਹਿਬ ਉਸਾਰਿਆ ਅਤਿਅੰਤ ਸ਼ਰਮ ਅਤੇ ਦੁੱਖ ਦੀ ਗੱਲ ਹੈ ਕਿ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਸਾਬਕਾ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਭਾਜਪਾ ਦੀ ਖੁਸ਼ ਨੂਦੀ ਦੇ ਵਾਸਤੇ ਅਤੇ ਖੁਸ਼ ਨੂਦੀ ਹਾਸਲ ਕਰਨ ਦੇ ਲਈ ਸਿੱਖ ਇਤਿਹਾਸ ਨੂੰ ਕਲੰਕਿਤ ਕਰਨ ਤੋਂ ਸੰਕੋਚ ਨਹੀਂ ਕੀਤਾ ਕਿਉਂਕਿ ਉਸ ਨੇ ਵਾਇਰਲ ਵੀਡੀਓ ਦੇ ਰਾਹੀਂ ਐਲਾਨ ਕੀਤਾ ਹੈ ਕਿ ਬਾਬਾ ਬਗੇਲ ਸਿੰਘ ਨੇ ਮਸਜਿਦ ਢਾ ਕੇ ਗੁਰਦੁਆਰਾ ਰਕਾਬगंज ਸਾਹਿਬ ਬਣਾਇਆ ਬਾਬਾ ਬਗੇਲ ਸਿੰਘ ਨੇ ਜੋ ਰਕਾਬगंज ਸਾਹਿਬ ਮੈਂ ਅੱਜ ਆਪ ਗੁਰਦੁਆਰਾ ਰਕਾਬगंज ਸਾਹਿਬ ਦੇਖਦੇ ਹੋ ਜੋ ਗੁਰੂ ਤੇਗ ਬਹਾਦਰ ਜੀ ਕੀ ਸ਼ਹਾਦਤ ਕੇ ਬਾਦ ਉਨਕੇ ਧੜਕਾ ਜਹਾਂ ਪੇ ਸੰਸਕਾਰ ਹੁਆ ਯਹਾਂ ਪੇ ਮਸਜਿਦ ਬਣਾ ਦੀ ਗਈ ਥੀ ਇਹ ਵਿਚਾਰ ਨੇ ਅੰਤਰਰਾਸ਼ਟਰੀ ਸਿੱਖ ਪ੍ਰਚਾਰਕ ਗਿਆਨੀ ਜਗਤਾਰ ਸਿੰਘ ਜਾਚਕ ਜੀ ਦੇ ਜੋ ਉਹਨਾ ਆਪਣੇ ਈਮੇਲ ਪ੍ਰੈਸ ਨੋਟ ਦੇ ਰਾਹੀਂ ਸਿੱਖ ਨਿਊਜ਼ ਐਕਸਪ੍ਰੈਸ ਦਿੱਲੀ ਦੇ ਨਾਲ ਸ਼ੇਅਰ ਕੀਤੇ ਨੇ ਉਹਨਾਂ ਆਖਿਆ ਇੱਕ ਇਸਰਸਾ ਦੇ ਵੱਲੋਂ ਅਜੀਹੀ ਚਰਚਾ ਛੇੜਨ ਦਾ ਮਕਸਦ ਭਾਜਪਾ ਦੁਆਰਾ ਬਾਬਰੀ ਮਸਜਿਦ ਢਾਉਣ ਵਾਲੀ ਤੱਕੇ ਸ਼ਾਹੀ ਦੇ ਉੱਪਰ ਪਰਦਾ ਪਾਉਣਾ ਅਤੇ ਗੁਰੂ ਸਿੱਖਾਂ ਨੂੰ ਅਨਮਤੀ ਧਰਮ ਸਥਾਨਾਂ ਨੂੰ ਨਾ ਢਾਉਣ ਦੀ ਵਿਸ਼ੇਸ਼ ਖੋਬੀ ਨੂੰ ਕੱਟੇ ਮਿੱਟੀ ਦੇ ਵਿੱਚ ਰੋਲਣਾ ਜੋ ਉਹਨਾਂ ਨੂੰ ਮੁਗਲਾਂ ਅਤੇ ਹਿੰਦੂਆਂ ਤੋਂ ਨਿਰਾਲਾ ਪ੍ਰਗਟਾਉਂਦੀ ਹੈ। ਸੁਬਾ ਸਰਹੰਦ ਵਜ਼ੀਰ ਖਾਨ ਦੁਆਰਾ ਛੋਟੇ ਸਾਹਿਬਜ਼ਾਦਿਆਂ ਨੂੰ ਨੀਹਾਂ ਦੇ ਵਿੱਚ ਚਿੰਕੀ ਸ਼ਹੀਦ ਕਰਨ ਪਿੱਛੋਂ ਜਦੋਂ ਬਾਬਾ ਬੰਦਾ ਸਿੰਘ ਬਹਾਦਰ ਨੇ ਸੂਬੇ ਨੂੰ ਮਾਰਿਆ ਅਤੇ ਸਰਹੰਦ ਦੀ ਇੱਟ ਦੇ ਨਾਲ ਇੱਟ ਖੜਕਾਈ ਉਸ ਮੌਕੇ ਵੀ ਸਰਹੰਦ ਦੀ ਸ਼ਾਹੀ ਮਸਜਿਦ ਨੂੰ ਢਾਇਆ ਨਹੀਂ ਸੀ ਗਿਆ ਜੋ ਭਾਈਚਾਰਕ ਇਕਤਾ ਅਤੇ ਧਾਰਮਿਕ ਸਹਿਨਸ਼ੀਲਤਾ ਦੀ ਸਰਮੋਤਮ ਮਿਸਾਲ ਹੈ ਹੋਰ ਵੱਡੀ ਗੱਲ ਇਹ ਹੈ ਕਿ ਭਾਈ ਜੀਤ ਸਿੰਘ ਨਾਮ ਦਾ ਇੱਕ ਗੁਰਸਿੱਖ ਉਸ ਮਸਜਿਦ ਦੀ ਸਫਾਈ ਅਤੇ ਦੇਖਭਾਲ ਕਰਿਆ ਕਰਦਾ ਰਿਹਾ ਇਹੀ ਕਾਰਨ ਹੈ ਕਿ ਦਿੱਲੀ ਦੇ ਕੁਝ ਸਿੱਧਕੀ ਸਿਖਾਂ ਨੇ ਸਿਰਸਾ ਸਾਹਮਣੇ ਸਵਾਲ ਖੜੇ ਕੀਤੇ ਨੇ ਕਿ ਜੇ ਬਾਬਾ ਬਘੇਲ ਸਿੰਘ ਨੇ ਮਸਜਿਦ ਢਾਕੇ ਗੁਰਦੁਆਰਾ ਉਸਾਰਿਆ ਹੈ ਤਾਂ ਐਨਡੀਐਮਸੀ ਦੇ ਦਫ਼ਤਰ ਦੇ ਨਾਲ ਰਕਾਬਗੰਜ ਮਸਜਿਦ ਕਿੱਥੋਂ ਆ ਗਈ ਗੁਰਦੁਆਰਾ ਸੀਸਗੰਜ ਸਾਹਿਬ ਬਣਾਉਣ ਦੇ ਲਈ ਸੁਨਹਿਰੀ ਮਸਜਿਦ ਕਿਉਂ ਨਾ ਢਾਈ ਗਈ 6ਵੇਂ ਗੁਰੂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਸ੍ਰੀ ਕਰਤਾਰਪੁਰ ਜਲੰਧਰ ਵਿਖੇ ਮੁਸਲਮਾਨ ਭਾਈਚਾਰੇ ਨੂੰ ਖੁਦ ਮਸਜਿਦ ਬਣਵਾ ਕੇ ਦਿੱਤੀ ਇਸ ਲਈ ਸਪਸ਼ਟ ਆਖਿਆ ਜਾ ਸਕਦਾ ਹੈ ਕਿ ਸਿੱਖੀ ਵਿੱਚ ਮਸਜਿਦ ਉਸਾਰ ਕੇ ਦੇਣ ਦਾ ਤਾਂ ਜ਼ਿਕਰ ਹੈ ਢੌਣ ਦਾ ਨਹੀਂ ਸਿਰਸਾ ਜ਼ਥੇਦਾਰ ਬਾਬਾ ਬਘੇਲ ਸਿੰਘ ਜੀ ਦੀ ਬਹਾਦਰੀ ਨੂੰ ਪ੍ਰਗਟਾਉਣ ਦੀ ਥਾਂ ਦੇ ਉੱਪਰ ਇਲਜ਼ਾਮ ਤਰਾਸ਼ੀ ਕਰਨ ਦੀ ਅਵਗਿਆ ਕਰ ਰਿਹਾ ਹੈ ਪੂਰਨ ਆਸ ਹੈ ਕਿ ਬੁੱਢਾ ਦਲ ਸਮੇਤ ਸਮੂਹ ਸਿੱਖ ਜਥੇਬੰਦੀਆਂ ਅਤੇ ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਉਪਰੋਕਤ ਪੱਖੋਂ ਭਾਜਪਾ ਦੇ ਬੁਲਾਰੇ ਬਣੇ ਮਨਜਿੰਦਰ ਸਿੰਘ ਸਿਰਸਾ ਦੀ ਜਵਾਬ ਤਲਬੀ ਜ਼ਰੂਰ ਕਰਨਗੇ ਤਾਂ ਜੋ ਅੱਗੇ ਤੋਂ ਕੋਈ ਕੌਮੀ ਗੱਦਾਰਾਂ ਵਰਗੀ ਅਜਿਹੀ ਇਤਿਹਾਸਕ ਭੁੱਲ ਨਾ ਕਰੇ ਬਾਕੀ ਤੁਸੀਂ ਇਸ ਮਾਮਲੇ ਦੇ ਬਾਰੇ ਵਿੱਚ ਕੀ ਕਹਿਣਾ ਚਾਹੋਗੇ ਕਮੈਂਟ ਸੈਕਸ਼ਨ ਦੇ ਵਿੱਚ ਜਾ ਕੇ ਆਪਣੀ رائے ਸਾਂਝੀ ਕਰਨਾ ਬਿਲਕੁਲ ਵਿਨਾ ਭੁੱਲਣਾ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ